الحمدللہ رب العالمین والعاقبۃ للمتقین وعلى آله وأصحابه أجمعين أما بعد فأعوذ بالله من الشيطان الرجيم بسم الله الرحمن الرحيم قل إن كنتم تحبون الله فاتبعوني يحببكم الله صدق اللہ مولانا العظیم ان اللہ وملائکته یصلون علی النبی یا ایہا الذین آمنوا صلوا علیہ وسلموا تسلیما الصلاۃ والسلام علیک یا سیدی یا رسول اللہ کوئی لب کوئی زبان خاموش نہ رہے جدو قرآن کریم دی اے آیات بینات پڑھن پڑھی جاوے ان اللہ و ملائکتہ یصلون علی النبی یا ایہا الذین آمنوا صلوا علیہ وسلموا تسلیما ہر مومن تے درود پڑھنا فرض ہو جاندہ ہے تے سارے ایک زبان دے نال کچھ بھی لیاں دے نے ویسی ہولی ہولی پڑھ دیاں پڑھ دے لازمیاں تیرے تے میرے مصطفیٰ کریم صلی اللہ علیہ وآلہ وسلم نے فرمایا ثم الیہ ثم سلول الوسیل حضور فرماندن درود اچھی آواز نال پڑھیا کرو جیڑی دل وچ میل ہوندی ہے اللہ میرے درود دا صدقہ او میل دھو چھڑدا ہے ہن سارے ایک زبان چوک پڑھو صلاۃ آلک و صحابک یا حبیب اللہ الصلاۃ والسلام علیک یا سیدی یا رسول اللہ ایک وار بلا مولا سرکار دے بوئے تے ایک وار بلا مولا سرکار دے بوئے تے پھر جان نکل جاوے غم خار دے بوئے تے ایک وار بلا مولا سرکار دے بوئے تے ایک وار بلا مولا سرکار دے بوئے تے اللہ نے فرمایا ہو دایا مل جاسن اللہ نے فرمایا ہو ضایا مل جاسن کوئی اچا نہ دم مارے کوئی اچا نہ دم مارے میرے یار دے بوئے تے
ਕੋਈ ਉੱਚਾ ਨਾ ਦਮ ਮਾਰੇ ਮੇਰੇ ਯਾਰ ਦੇ ਬੂਏ ਤੇ ਅਬੂ ਬਕਰ ਤੇ ਆਕਾ ਸੀ ਜਿਸ ਗਾਰ ਦੇ ਵਿੱਚ ਬੈਠੇ ਅਬੂ ਬਕਰ ਤੇ ਆਕਾ ਸੀ ਜਿਸ ਗਾਰ ਦੇ ਵਿੱਚ ਬੈਠੇ ਮੱਕੜੀ ਨੇ ਬਣਾ ਜਾਲਾ ਮੱਕੜੀ ਨੇ ਬਣਾ ਜਾਲਾ ਉਸ ਗਾਰ ਦੇ ਬੂਏ ਤੇ ਮੱਕੜੀ ਨੇ ਬਣਾ ਜਾਲਾ ਉਸ ਗਾਰ ਦੇ ਬੂਏ ਤੇ ਇੱਕ ਵਾਰ ਬੁਲਾ ਮੌਲਾ ਸਰਕਾਰ ਦੇ ਬੂਏ ਤੇ ਕਾਬੇ ਦਾ ਪਰਨਾਲਾ ਹਰ ਇੱਕ ਨੂੰ ਉਹ ਕਹਿੰਦਾ ਕਾਬੇ ਦਾ ਪਰਨਾਲਾ ਹਰ ਇੱਕ ਨੂੰ ਉਹ ਕਹਿੰਦਾ ਜਾ ਬਖਸ਼ਿਸ਼ ਲਈ ਰੱਬ ਦੇ ਜਾ ਬਖਸ਼ਿਸ਼ ਲਈ ਰੱਬ ਦੇ ਦਿਲਦਾਰ ਦੇ ਬੂਏ ਤੇ ਇੱਕ ਵਾਰ ਬੁਲਾ ਮੌਲਾ ਸਰਕਾਰ ਦੇ ਬੂਏ ਤੇ ਫਿਰ ਜਾਨ ਨਿਕਲ ਜਾਵੇ ਗਮ ਖਾਰ ਦੇ ਬੂਏ ਤੇ ਨਹੀਂ ਵੀ ਸਮਝ ਆਈ ਤਾਂ ਵੀ ਇੱਕ ਵਾਰੀ ਸਾਰੇ ਆਖੋ ਸੁਭਾਨ ਅੱਲਾਹ ਮੈਂ ਕੁਰਬਾਨ ਜਾਵਾਂ ਜੇ ਡਿਠੱਡੇ ਹੋ ਕੇ ਤੁਸੀਂ ਹਜ਼ੂਰ ਦਾ ਜ਼ਿਕਰ ਸੁਣ ਛੱਡਿਆ ਮੈਂ ਤਾਂ ਆਪਣੇ ਆਪ ਨੂੰ ਮਹਿਸੂਸ ਪਿਆ ਕਰਦਾ ਵਾ ਮੇਰੀ ਇਹਨਾਂ ਨੂੰ ਸਮਝ ਕੋਈ ਨਹੀਂ ਆਉਂਦੀ ਇਹ ਬੂਹੇ ਦਰਵਾਜ਼ੇ ਦਾ ਜਿਹੜਾ ਕਿ ਸਿਸਟਮ ਨੇ ਐਤਕੀ ਸਟੇਜ ਵਾਲਾ ਇਹ ਅਸਾਂ ਮੈਂ ਗਲਤ ਕੀਤਾ ਬਿਲਕੁਲ ਇਹ ਸਾਨੂੰ ਅਫਸੋਸ ਪਿਆ ਲੱਗਦਾ ਬਾ ਜਿਹੜਾ ਸਟੇਜ ਅਸਾਂ ਇੱਥੇ ਬਣਾਇਆ ਸਾਡਾ ਸਟੇਜ ਉੱਥੇ ਸੋਹਣਾ ਲੱਗਦਾ ਬਜਟ ਆਉਂਦਾ ਪਿੱਛੋਂ ਆਉਂਦਾ ਸਾਈਡ ਤੋਂ ਤਾਂ ਨਾ ਆਉਂਦਾ ਇਹ ਤਾਂ ਅੱਜ ਵੱਖਰੀ ਵੇਖੀ ਖੜੇ ਨੇ ਬਈ ਇਦੋਂ ਪਤਾ ਨਹੀਂ ਕਿਹੜੀ ਸ਼ੈ ਆ ਜਾਣੀ ਹਜ਼ੂਰ ਦੇ ਜ਼ਿਕਰ 'ਚ ਆਏ ਬੈਠੇ ਹੋ ਤੇ ਤੁਸੀਂ ਜ਼ਿਕਰ ਸੁਣੋ ਅੱਲਾਹ ਤੇ ਅੱਲਾਹ ਦੇ ਰਸੂਲ ਦਾ ਸੁਣਿਓ ਜਿਹੜਾ ਆਇਆ ਤੋੜ ਆਵੇ ਦਾ ਅਲਾਮਾ ਫਿਜ਼ਾਨੁਲ ਹਸਨ ਕਾਦਰੀ ਸਾਹਿਬ ਬਿਲਕੁਲ ਪਹੁੰਚਣ ਵਾਲੇ ਨੇ ਬਿਲਕੁਲ ਉਹਨਾਂ ਦਾ ਖਿਤਾਬ ਆਉਂਦਿਆਂ ਸ਼ੁਰੂ ਹੋ ਜਾਣਾ ਤੁਸੀਂ ਜ਼ੌਕ ਨਾਲ ਆਖੋ ਸੁਬਹਾਨ ਅੱਲਾਹ ਨਬੀ ਕਰੀਮ ਅਲੈਹਿ ਸਲਾਤੁ ਵਸਲਾਮ ਦੇ ਗੁਲਾਮੋ ਤੁਹਾਡੇ ਸਾਹਮਣੇ ਕੁਰਾਨ ਕਰੀਮ ਫੁਰਕਾਨ ਹਮੀਦ ਦੇ ਵਿੱਚੋਂ ਇੱਕ ਆਯਾਤ ਬਯਨਾਤ ਪੜ੍ਹਨ ਦਾ ਸ਼ਰਫ ਹਾਸਲ ਕੀਤਾ ਹੈ ਹਜ਼ੂਰ ਤਾਜਦਾਰ ਅੰਬੀਆ ਹਬੀਬ ਕਿਬਰੀਆ ਅਹਮਦ ਮੁਸ਼ਤਬਾ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹੀ ਵਾਲੀ ਵਸੱਲਮ ਦੀ ਜ਼ਾਤ ਬਾਬਰਕਾਤ ਤੇ ਲੱਖਾਂ ਕਰੋੜਾਂ ਦਰੂਦੋ ਸਲਾਮ ਪੇਸ਼ ਕਰਨ ਤੋਂ ਬਾਅਦ ਦੁਆ ਹੈ ਅੱਲਾ ਕਰੀਮ ਮੈਨੂੰ ਹੱਕ ਸੱਚ ਬਿਆਨ ਕਰਨ ਦੀ ਤੋਫੀਕ ਅਤਾ ਫਰਮਾਏ ਤੁਹਾਨੂੰ ਤੇ ਮੈਨੂੰ ਸੁਣ ਸੁਣਾ ਕੇ ਇਹਨਾਂ ਗੱਲਾਂ ਉੱਤੇ ਅਮਲ ਕਰਨ ਦੀ ਤੋਫੀਕ ਅਤਾ ਫਰਮਾਏ ਨਬੀ ਕਰੀਮ ਅਲੈਹਿ ਸਲਾਤੁ ਵਸਲਾਮ ਦੇ ਗੁਲਾਮੋ ਅਰਬ ਦੇ ਅੰਦਰ ਇੱਕ ਜਾਨਵਰ ਉਹਦਾ ਨਾਂ ਹੁਦ ਹੁਦ ਸਾਡੇ ਕੋਲ ਲੰਮੀ ਚੁੰਝ ਵਾਲਾ ਸਾਡੇ ਬੇਲੀ ਅਮੂਮਨ ਜਟਕੀ ਜ਼ਬਾਨ ਇੱਚਾਂ ਦੇ ਇਹ ਕਿੱਲੀ ਤਰਖਾਣ ਅਸੀਂ ਉਹਨੂੰ ਕੀ ਸੱਦਨੇ ਹਾਂ ਕਿੱਲੀ ਤਰਖਾਣ ਲੇਕਿਨ ਅਰਬੀ ਦੇ ਵਿੱਚ ਉਹਦਾ ਨਾਂ ਹੁਦ ਹੁਦ ਹਜ਼ਰਤ ਇਬਰਾਹੀਮ ਅਲੈਹਿ ਸਲਾਤੁ ਵਸਲਾਮ ਦੇ ਚੀਖਾਂ ਬਾਲੀਆਂ ਗਈਆਂ ਅੱਗ ਬਾਲੀ ਗਈ ਤੇ ਉਹਦੇ ਛੋਲੇ ਅਸਮਾਨ ਨਾਲ ਗੱਲ ਕਰਦੇ ਪੈ ਸਨ ਉਹ ਹੁਦ ਹੁਦ ਆਪਣੇ ਸੰਗੀਆਂ ਵਿੱਚੋਂ ਉੱਠਿਆ ਉੱਠ ਕੇ ਤੇ ਚੁੰਝ ਵਿੱਚ ਪਾਣੀ ਭਰਿਆ ਤੇ ਭਰ ਕੇ ਉੱਡਣ ਲੱਗਾ ਜਦੋਂ ਉੱਡਣ ਲੱਗਾ ਤੇ ਨਾਲ ਦੇ ਸੰਗੀਆਂ ਪੁੱਛਿਆ ਵਾ ਬੇਲੀਆ ਕਿਤੇ ਜਾਊ ਏ ਉਸ ਆਖਿਆ ਮੈਂ ਚੱਲਾਂ ਵਾਂ ਨਬੀ ਇਬਰਾਹੀਮ ਪਿਆਰੇ ਤੇ ਅੱਗ ਬਲੀਏ ਮੈਂ ਉਹ ਅੱਗ ਬੁਝਾਉਣ ਚੱਲਾਂ ਵਾਂ ਉਹਨਾਂ ਆਖਿਆ ਚੱਲਾ ਹੋ ਗਿਆ ਵਾ ਜਿਹੜੀ ਤੇਰੀ ਚੁੰਝ ਵਿੱਚ ਪਾਣੀ ਏ ਇਹ ਜਿੰਦੇ ਛੋਲੇ ਅਸਮਾਨ ਨਾਲ ਗੱਲਾਂ ਪਾ ਕਰਦੇ ਇਸ ਚੁੰਝ ਨਾਲ ਬੁੱਝ ਜਾ ਸੀ ਉਸ ਆਖਿਆ ਪਤਾ ਮੈਨੂੰ ਵੀ ਏ ਇਸ ਚੁੰਝ ਜਿਹੜਾ ਪਾਣੀ ਏ ਉਹ ਅੱਗ ਨਹੀਂ ਬੁਝਾ ਸਕਦਾ ਲੇਕਿਨ ਕੱਲ ਕਿਆਮਤ ਦਾ ਦਿਨ ਹੋਵੇਦਾ ਅੱਲਾ ਕਰੀਮ ਐਲਾਨ ਫਰਮਾਣਗੇ ਇਬਰਾਹੀਮ ਤੇ ਅੱਗ ਬੁਝਾਉਣ ਵਾਲੇ ਇਸ ਪਾਸੇ ਆ ਜਾਓ ਵਿੱਚ ਮੇਰਾ ਨਾਮ ਹੀ ਆ ਜਾਵੇਗਾ
ਤੇ ਇਸ ਅਕੀਦਤ ਨਾਲ ਬਵੋ ਵੈਸੀ ਮਿਲਾਦ ਮੁਸਤਫਾ ਵਿੱਚ ਬੈਠੇ ਹਾਂ, ਜ਼ਿਕਰੇ ਹੁਸੈਨ ਵਿੱਚ ਬੈਠੇ ਹਾਂ। ਕਲਾ ਸ਼ਰ ਦਾ ਮੈਦਾਨ ਹੋਵੇ, ਐਲਾਨ ਹੋਵੇ, ਤੁਸੀਂ ਆਮ ਬੰਦੇ ਨਾ ਹੋ। ਰੱਬੇ ਕਾਬਾ ਦੀ ਕਸਮ, ਮੈਂ ਐਲਾਨ ਨਹੀਂ ਕਰਦਾ ਪਿਆ, ਟੱਬਰਾਂ ਦਾ ਮੌਲਵੀ ਐਲਾਨ ਨਹੀਂ ਕਰਦਾ ਪਿਆ, ਕੋਈ ਜਲਾਲਪੁਰ ਦਾ, ਕੋਈ ਲਾਹੌਰ ਦਾ, ਕੋਈ ਪਾਕਿਸਤਾਨ ਦੇ ਕਿਸੇ ਕੋਨੇ ਦਾ, ਪੂਰੀ ਦੁਨੀਆ ਦਾ ਕੋਈ ਅਲਾਮਾ ਫਾਮਾ ਐਲਾਨ ਨਹੀਂ ਕਰਦਾ ਪਿਆ, ਰੱਬ ਦਾ ਕੁਰਾਨ ਐਲਾਨ ਕਰਦਾ ਪਿਆ। ਫਜ਼ਕੁਰੂਨੀ ਅਜ਼ਕੁਰਕੁਮ ਵਸ਼ਕੁਰੂਨੀ ਬਲਾ ਤਕਫੁਰੂਨ। ਉਹ ਟੱਬਰਾਂ ਵਾਲਿਓ, ਉਹ ਗਿਰਦੋ ਨਵਾਹ ਤੋਂ ਆਉਣ ਵਾਲਿਓ, ਟੱਪਰਾਂ ਦੇ ਵਿੱਚ ਬਹਿ ਕੇ, ਰਾਣਾ ਮਹਿਮੂਦ ਹਸਨ ਦੇ ਡੇਰੇ ਵਿੱਚ ਬਹਿ ਕੇ, ਤੁਸੀਂ ਮੇਰਾ ਤੇ ਮੇਰੇ ਯਾਰ ਦਾ ਜ਼ਿਕਰ ਕਰਦੇ ਪਏ ਹੋ। ਸੱਤਾਂ ਅਸਮਾਨਾਂ ਦੇ ਪਰਦਿਆਂ ਉੱਤੇ ਬਹਿ ਕੇ, ਫਰਿਸ਼ਤਿਆਂ ਨੂੰ ਕੋਲ ਪਾ ਕੇ ਮੈਂ ਤੁਹਾਡਾ ਜ਼ਿਕਰ ਕਰਦਾ। ਇਹਦਾ ਕੋਈ ਅਜਰ ਆਮ ਤੇ ਨਹੀਂ ਨਾ, ਇਹਦਾ ਅਜਰ ਰੱਬ ਸੋਹਣਾ ਦਿੰਦਾ ਪਿਆ, ਤੇ ਦਿੰਦਾ ਕਿਹਨਾਂ ਦੀ ਸ਼ਕਲ ਵਿੱਚ ਪਿਆ? ਫਰਿਸ਼ਤਿਆਂ ਦੀ ਸ਼ਕਲ ਦੇ ਵਿੱਚ। ਅੱਲਾ ਕਰੀਮ ਫਰਮਾਉਂਦੇ ਨੇ, ਮੈਂ ਉਹਨਾਂ ਨੂੰ ਕੋਲ ਬਾ ਕੇ ਤੁਹਾਡਾ ਜ਼ਿਕਰ ਪਿਆ ਕਰਨਾ। ਨਬੀ ਕਰੀਮ ਅਲੈਹ ਸਲਾਤੁ ਵਸਲਾਮ ਦੇ ਗੁਲਾਮੋ, ਅੱਲਾ ਕਰੀਮ ਨੇ ਐਲਾਨ ਫਰਮਾਇਆ, ਕੁਲ, ਅੱਲਾ ਕਰੀਮ ਨੇ ਐਲਾਨ ਫਰਮਾਇਆ, ਕੁਲ, ਮਹਬੂਬ ਤੁਸੀਂ ਐਲਾਨ ਫਰਮਾ ਦਿਓ, ਇਨ ਕੁੰਤੁਮ ਤੁਹਿਬੂਨ ਅੱਲਾਹ, ਜਿਹੜੇ ਮੇਰੇ ਨਾਲ ਮੁਹੱਬਤ ਦਾ ਦਾਵਾ ਕਰਦੇ ਨੇ। ਕੌਣ ਦਾ ਪਿਆ? ਕੌਣ ਦਾ ਪਿਆ? ਅੱਲਾਹ। ਅੱਲਾਹ ਐਲਾਨ ਕਰ ਰਿਹਾ ਕਿ ਜਿਹੜੇ ਮੇਰੇ ਨਾਲ ਮੁਹੱਬਤ ਦਾ ਦਾਵਾ ਕਰਦੇ ਨੇ, ਅੱਲਾਹ ਉਹਨਾਂ ਨੂੰ ਮੁਖਾਤਬ ਕਰ। ਅੱਲਾਹ ਕਰੀਮ ਫਰਮਾਉਂਦੇ ਨੇ, ਮਹਬੂਬ ਸੋਹਣਾ ਤੁਸੀਂ ਐਲਾਨ ਫਰਮਾਓ ਇਹਨਾਂ ਲੋਕਾਂ ਨੂੰ, ਮੰਮੀਆਂ ਨਾਲ, ਅੱਲਾਹ ਸੋਹਣਿਆ ਮੈਂ ਤੇਰਾ ਵਾਂ, ਤੁਸੀਂ ਵੀ ਆਉਂਦੇ ਹੋ, ਅੱਲਾਹ ਸੋਹਣਿਆ ਮੈਂ ਤੇਰਾ ਵਾਂ। ਕਈ ਬੇਲੀ ਨੇ ਜਿਹੜੇ ਇਹ ਗੱਲ ਕਰਦੇ ਨੇ, ਅੱਲਾਹ ਸੋਹਣਿਆ ਮੈਂ ਤੇਰਾ ਵਾਂ, ਸਜਣਾ ਤੇ ਅੱਲਾਹ ਆਂਦਾ ਨਹੀਂ ਨਹੀਂ, ਇੰਝ ਗੱਲ ਨਾ ਬਣਦੀ, ਇੰਝ ਗੱਲ ਨਹੀਂ ਬਣਦੀ। ਅਗਲੀ ਰੱਬੁਲ ਆਲਮੀਨ ਐਲਾਨ ਫਰਮਾਉਂਦੇ ਪਏ, ਮਹਬੂਬ ਅਲੈਹ ਸਲਾਤ ਵਸਲਾਮ ਨੂੰ ਹੁਕਮ ਦਿੱਤਾ, ਮੈਂ ਸੋਹਣਿਆ ਐਲਾਨ ਕਰ, ਫਤਬੀਉਨੀ ਯੁਹਿਬਬਕੁਮੁਲਾਹ, ਸੋਹਣਿਆ ਇਹਨਾਂ ਲੋਕਾਂ ਨੂੰ ਦਾ ਛੱਡ, ਮੇਰੇ ਨਾਲ ਡਾਇਰੈਕਟ ਮੁਹੱਬਤ ਕੋਈ ਨਹੀਂ ਕਰ ਸਕਦਾ, ਮੇਰੇ ਤੱਕ ਡਾਇਰੈਕਟ ਕੋਈ ਵੀ ਨਹੀਂ ਪਹੁੰਚ ਸਕਦਾ, ਮੇਰੇ ਤੱਕ ਕਿਸੇ ਨੂੰ ਰਾਨਾਈ ਰੋਸ਼ਨਾਈ ਹਾਸਲ ਨਹੀਂ ਹੋ ਸਕਦੀ। ਇੱਥੇ ਮੂਸਾ ਕਲੀ ਮੁੱਲਾ ਵਰਗੇ ਕੋਈ ਤੂਰ ਪਹਾੜ ਤੇ ਖਲੋ ਕੇ ਆਉਂਦੇ ਨੇ, ਰੱਬਾ ਸੋਹਣਿਆ ਮੈਂ ਤੈਨੂੰ ਤੱਕਣਾ ਹੈ। ਰੱਬ ਆਖਿਆ ਅਲਮ ਯਜਿਦ ਕਯਤੀ ਮਨਫਾਵਾ, ਮੂਸਾ ਤੇਰਾ ਹੱਕ ਨਹੀਂ, ਇਹ ਇੱਕ ਯਤੀਮ ਦਾ ਹੱਕ ਹੈ ਜਿਹੜਾ ਮੇਰਾ ਆਖਰੀ ਯਾਰ ਨਬੀ ਆਉਣਾ। ਇੱਕ ਅਲਮ ਯਜਿਦ ਕਾ ਯਤੀਮ ਅਨਫਾਵਾ, ਇੱਕ ਯਤੀਮ ਦਾ ਹੱਕ ਹੈ, ਇਹ ਆਖਰੀ ਨਬੀ ਦਾ ਹੱਕ ਹੈ, ਮੂਸਾ ਤੂੰ ਨਹੀਂ ਵੇਖ ਸਕਦਾ। ਆਖਿਆ ਨਹੀਂ ਅੱਲਾ ਸੋਹਣਿਆ ਮੈਂ ਵੇਖਣਾ ਹੈ, ਮੈਂ ਤੈਨੂੰ ਵੇਖਣਾ ਹੈ ਮੌਲਾ, ਮੈਂ ਤੈਨੂੰ ਵੇਖਣਾ ਹੈ। ਰੱਬੁਲ ਆਲਮੀਨ ਫਰਮਾਉਂਦੇ ਨੇ, ਮੂਸਾ ਉੱਥੇ ਖੜਾ ਹੋ ਜਾ, ਇਸ ਪਹਾੜ ਦੇ ਮੈਂ ਨੂਰ ਦੀ ਤਜੱਲੀ ਦਾ ਕੁਝ ਹਿੱਸਾ ਪਾਨਾ। ਮੂਸਾ ਕਾਇਮ ਰਿਹਾ, ਮੈਨੂੰ ਵੇਖ ਲਵੇਂਦਾ, ਅੱਲਾ ਦਾ ਨਬੀ ਵੇਖਦਾ ਪਿਆ, ਨੂਰ ਦੀ ਤਜੱਲੀ ਦਾ ਕੁਝ ਹਿੱਸਾ ਪਿਆ, ਪਹਾੜ ਰੇਜ਼ਾ ਰੇਜ਼ਾ ਹੋ ਗਿਆ। ਮੂਸਾ ਅਲੈਹਿਸ ਸਲਾਮ ਬੇਹੋਸ਼ ਹੋ ਗਿਆ, ਹੋਸ਼ ਆਈ, ਅਰਜ਼ ਕੀਤੀ, ਲੰਤਰਾਨੀ ਮੌਲਾ ਮੈਂ ਤੈਨ ਨਹੀਂ ਵੇਖ ਸਕਦਾ, ਮੌਲਾ ਮੈਂ ਤੈਨ ਨਹੀਂ ਵੇਖ ਸਕਦਾ, ਇਹ ਉਹਦਾ ਹੱਕ ਹੈ ਜਿਹਦਾ ਤੂੰ ਐਲਾਨ ਕਰਿਆ ਹੈ, ਉਹ ਜਾਣੇ ਤੂੰ ਰੱਬੁਲ ਆਲਮੀਨ ਜਾਣੇ, ਇਹਦੇ ਵਿੱਚ ਮੇਰਾ ਕੋਈ ਢਿੱਲ ਨਹੀਂ, ਮੌਲਾ ਤੂੰ ਜਾਣੇ, ਤੇਰਾ ਯਾਰ ਜਾਣੇ। ਉਸ ਯਾਰ ਦੇ ਬਾਰੇ ਰੱਬ ਐਲਾਨ ਪਿਆ ਕਰਦਾ ਹੈ, ਕੁਲ ਇਨ ਕੁੰਤੁਮ ਤੁਹਿਬੂਨ ਅੱਲਾਹ, ਜਿਹੜੇ ਮੇਰੇ ਨਾਲ ਮੁਹੱਬਤ ਦਾ ਦਾਵਾ ਕਰਦੇ ਨੇ, ਮੌਲਾ ਤੇਰਾ, ਮੌਲਾ ਤੇਰਾ। ਮੀਆਂ ਮੁਹੰਮਦ ਬਖਸ਼ ਖੜੀ ਸ਼ਰੀਫ ਵਾਲੇ ਬੋਲੇ, ਆਪ ਫਰਮਾਉਂਦੇ ਨੇ, ਮੈਂ ਵੀ ਆਉਣਾ ਮੌਲਾ ਤੇਰਾ, ਤੁਸੀਂ ਵੀ ਆ ਦਿਓ ਮੌਲਾ ਤੇਰਾ, ਹਰ ਕੋਈ ਆਉਂਦਾ ਮੌਲਾ ਤੇਰਾ, ਲਾਹੌਰ ਵਾਲੇ ਬੋਲੇ ਆਉਂਦੇ ਮੌਲਾ ਤੇਰਾ, ਜਲਾਲਪੁਰ ਵਾਲੇ ਬੋਲ ਕੇ ਆਉਂਦੇ ਆ ਮੌਲਾ ਤੇਰਾ, ਪਿੰਡੀ ਭੱਟੀਆਂ ਦੇ ਬੋਲ ਕੇ ਆਉਂਦੇ ਮੌਲਾ ਤੇਰਾ, ਟੱਪਰਾਂ ਵਿੱਚ ਪਾਉਣ ਵਾਲੇ ਆਖਿਆ ਮੌਲਾ ਤੇਰਾ। ਮੀਆਂ ਮੁਹੰਮਦ ਬਖਸ਼ ਖੜੀ ਸ਼ਰੀਫ ਵਾਲੇ ਬੋਲੇ ਤੇ ਆਪ ਵੀ ਇਹ ਗੱਲ ਕਰਦੇ ਨੇ, ਆਪ ਫਰਮਾਉਂਦੇ ਨੇ, ਹਰ ਕੋਈ ਆਕੇ ਮੌਲਾ ਤੇਰਾ ਤੇਰਾ, ਤੇ ਮੈਂ ਵੀ ਆਖਾਂ ਤੇਰਾ ਤੇਰਾ, ਤੇ ਮੌਲਾ ਕੁਝ ਵੀ ਨਹੀਂ ਜਾਂਦਾ, ਕਦੀ ਤੂੰ ਵੀ ਕਹਿ ਦੇ ਮੇਰਾ। ਮੌਲਾ ਮਮੀਆਂ ਨਾ ਤੇਰਾ,
हर कोई आदा तेरा। मियां साहब फरमांदे ने मौला ममियां दा पिया, मौला तेरा ते कुछ भी नहीं जांदा, कदी तू भी कह दे मेरा। रब आंदा सजना इंज नहीं आ सकदा, इंज नहीं पहुंच सकदा। फत्ता भी ऊ नहीं युहबिबकुमुल्ला, मेरे महबूब दी तबाह कर लै, मेरे महबूब नाल प्यार कर लै, मेरे महबूब दी फरमा बरदारी कर लै। मुड़ बैठा तू बेशक तौसा शरीफ दे विच होवेगा, सद तू मारी अपना मैं आमिना दे लाल दा कम है। सद बह के बेशक तौसा दे टिब्बे ते मारी मैं अपना आमिना दे लाल दा कम है। नबी करीम अलैहि सलातो सलाम दे गुलामो फत्ताबियून युहबिबकुमुल्ला, रब ऐलान, रबियां दा सोनिया तू ऐलान कर दे, जेडे मेरे नाल मुहब्बत करदे ने, जेडे मेरे नाल मुहब्बत दा दावा करदे ने, फत्ताबियून युहबिबकुमुल्ला, सोनिया तेरी तबाह कर लैन, तेरी फरमा बरदारी कर लैन, तेरे नाल प्यार कर लैन, सोनिया तू अरशा दे बैठा राजी हो जावेगा, मैं फरशा ते बैठा तू फरशा ते बैठा राजी हो जावेगा, मैं अरशा ते बैठा राजी हो जावांगा। लेकिन गल की हुई, रब भी आखिया महबूब नू राजी कर लो, महबूब नू राजी कर लवो, जेड़ा महबूब नू राजी कर लैंदा है अल्लाह ओदे ते राजी हो जांदा है। हजूर अलैहि सलातो सलाम दे गुलामो, हजूर अलैहि सलातो सलाम दी मुहब्बत रखण वाला, प्यार करण वाला रब उनू अजर की देंदा है। नबी करीम अलैहि सलातो सलाम दे गुलामो, बड़ी तवज्जो दे नाल आ गल तुसा समाहत करनी है। बगदाद शरीफ दा शहर, बगदाद शरीफ दा शहर, बादशाह दे घर महफिल मिलाद मुस्तफा सल्लल्लाहु अलैहि वालेहि वसल्लम इनकाद पजीर हुई। बादशाह अपने घर मिलाद करन वास्ते लोगों नूं दावत दित्ती, तकरीर करन वास्ते यारवीं वाले पीर नूं साद लिया। जदों यारवीं वाले पीर नूं सद्या, सद के ते उन्हां नाल कहा तकरीर तुसा करनी है। एक वडेरी बिच माई आई, उस बूहे दे अगो लगी ते उस वेख्या बड़ी दुनिया आउंदी पई है, बड़ी दुनिया जांदी पई है, इत्थे पता नहीं अज की गल है। माई उस बूहे दे गार्ड कोल पुछिया जिहड़ा दरवाजे अगे बैठा, बाज खैर है, बड़ी दुनिया आउंदी पई है, बड़ी जांदी पई है। ते उह गार्ड बोल के आंदा है, अज दे नबी दा मिलाद है, पढ़न वास्ते यारवीं वाला पीर आउंदा पिया है। अल्लाह वाला सारे एक जबान अल्लाह को का सुबान, मैं सदके जाऊं इंशाल्लाह जबाना बस दियां रहन जिहड़ियां रब नूं पाक आंदियां। नबी करीम अलैहि सलातो सलाम दे गुलामो, वो माई बोल के आंदी है, वह पुत्रा अज दे नबी दा मिलाद दे पढ़न वाला यारवीं वाला पीर आंदा पिया है, मेरा बड़ा दिल करदा सोने मुहम्मद अरबी सल्लल्लाहु अलैहि वसल्लम दा मिलाद होवे, पढ़न वाला यारवीं वाला पीर होवे, तो मैं बह के सुनदी भी होवां। अगू जिहड़ा बूहे के गाट बैठा, उस अगे अम्मा तेरे अल को कमी गया है, कोई तेरे अल सदा गया है, कोई तेरे अल सन्याहू गया है। उस आख्या मेरे अल कोई सन्याहू कोई सदा नहीं गया। उस अगे अम्मा मुड़ तू अंदर न जा सकती, अंदर वो जा सकता जिन बादशाह सदया हो। जो तू इन्नी गल की ना, अम्मा रोंदी रोंदी कर गई, जे औलाद चंगी हो माँ प्यो दे अथरू साफ कर लेंदी है, अथरू पूज लेंदी है। मां रोंदी रोंदी कर गई, जे टमकार गई ते धी पुछया अम्मा की गल है अज रोंदी होनी है, ते मां बोल के आंदी है मुस्तफा दा मिलाद सी, बादशाह दे घर ते पकड़न वास्ते यारवीं वाला पीर आंदा पिया सी, मेरा बड़ा दिल करदा मुस्तफा दा मिलाद होवे, पीर गौस पाक दी जबान होवे, ते मैं बह के सुनदी पई हां। उस मैनू अंदर नहीं जान दिता, क्योंकि मेरे कोल कोई सन्याह बुक बादशाह दा सद्दा कोई ना आया। ते धी आखिया अम्मा परेशान क्यों हुंदी ए, इत्थे तू बह जा, ना तो मैं पढ़नी हाँ, सुबहान अल्लाह तू करी आमिना दा लाल उत्थे राजी हो जाएगा। इन्नी गल की मां जी सामने बह गई, सुबहान अल्लाह की तस्वीर पढ़नी शुरू कर दी, धी नाद पढ़नी शुरू कर दी, धी सना मुस्तफा दी करनी शुरू कर दी, जिक्र मुस्तफा दा करना शुरू कर दिता, नाता मुस्तफा दियां पढ़निया शुरू कर दीदिया। ते धी बोल के आंदी है, मिठे मिठे सोने तेरे बोल कमली वालिया, मिठे मिठे सोने तेरे बोल
ਕੋਲ ਕਮਲੀ ਵਾਲਿਆ ਕੱਜ ਲੈਂਦਾ ਆ ਸੀਆਂ ਦੇ ਪੋਲ ਕਮਲੀ ਵਾਲਿਆ ਮਿੱਠੇ ਮਿੱਠੇ ਸੁਣੇ ਤੇਰੇ ਜਿੰਨਾ ਜਿੰਨਾ ਦਾ ਕੀਤਾ ਸਾਡੇ ਮੁਸਤਫਾ ਦੇ ਬੋਲ ਮਿੱਠੇ ਨੇ ਕੱਲ ਹਸ਼ਰ ਵਾਲੇ ਦਿਨ ਸੋਹਣੇ ਸਾਡੇ ਐਬਾਂ ਤੇ ਵੀ ਪਰਦਾ ਪਾਣਾ ਉਹ ਮੇਰੇ ਨਾਲ ਰਲ ਕੇ ਪੜਨਗੇ ਸਬੜਾ ਸੋਹਣਾ ਸਾਦਾ ਕਲਾਮ ਏ ਮਿੱਠੇ ਮਿੱਠੇ ਸੋਹਣੇ ਤੇਰੇ ਬੋਲ ਕਮਲੀ ਵਾਲਿਆ ਕੱਜ ਲੈਂਦਾ ਆ ਸੀਆਂ ਦੇ ਬੋਲ ਕਮਲੀ ਤੇਰੀਆਂ ਤਾਵਾਂ ਦਾ ਤੇ ਮੇਰੀਆਂ ਖਤਾਵਾਂ ਦਾ ਵਜਿਆ ਜ਼ਮਾਨੇ ਉੱਤੇ ਢੋਲ ਕਮਲੀ ਵਾਲਿਆ ਮਿੱਠੇ ਮਿੱਠੇ ਸੁਣੇ ਤੇਰੇ ਬੋਲ ਕਮਲੀ ਬੇਟੀ ਨਾਤਾ ਪੜਦੀ ਪਈ ਏ ਮਾਂ ਸੁਬਹਾਨ ਅੱਲਾ ਦੀ ਤਸਵੀ ਬਿਆਨ ਵੀ ਕਰਦੀ ਏ ਇੰਨੀ ਦੇਰ ਨੂੰ ਬਾਹਰ ਦੇ ਦਰਵਾਜ਼ੇ ਤੇ ਦਸਤਕ ਕੋਈ ਕੁੰਡੀ ਖੜਕੀਏ ਮਾਂ ਬਾਹਰ ਦਾ ਦਰਵਾਜ਼ਾ ਖੋਲਣ ਗਈ ਜਦੋਂ ਕੁੰਡੀ ਖੋਲੀ ਦਰਵਾਜ਼ਾ ਖੋਲਿਆ ਤੱਕਦੀ ਕੀ ਏ ਦਰਵਾਜ਼ੇ ਦੇ ਸਾਹਮਣੇ ਯਾਰਵੀਂ ਵਾਲਾ ਪੀਰ ਖੜਾ ਹੋਇਆ ਪੀਰ ਗੌਸ ਪਾਕ ਜਰਵੀ ਵਾਲੇ ਸਰਕਾਰ ਤਸ਼ਰੀਫ ਫਰਮਾਨੇ ਅੰਮਾ ਬੋਲ ਕੇ ਆਂਦੀ ਏ ਪੀਰ ਜੀ ਅੱਜ ਤੁਹਾਡਾ ਬਿਆਨ ਤੇ ਬਾਦਸ਼ਾਹ ਦੇ ਘਰ ਸੀ ਮੈਂ ਗਰੀਬਣੀ ਦੇ ਘਰ ਕਿਵੇਂ ਆ ਗਏ ਹੋ ਤੇ ਪੀਰ ਗੌਸ ਪਾ ਕੇ ਜ਼ਮਾਨੇ ਜਾਂਦੇ ਨੇ ਮਾੜਿਆਂ ਦਾ ਪਰੋਣਾ ਐਸਾ ਦਾ ਨਬੀ ਮਾੜਿਆਂ ਦਾ ਪਰੋਣਾ ਐਸਾ ਦਾ ਨਬੀ ਅਕਲਾਂ ਵਾਲੇ ਵੇਖਦੇ ਰਹਿ ਗਏ ਮਾੜਿਆਂ ਦਾ ਪਰੋਣਾ ਐਸਾ ਦਾ ਨਬੀ ਨਬੀ ਕਰੀਮ ਅਲੈਹਿ ਸਲਾਤੁ ਵਸਲਾਮ ਦੇ ਗੁਲਾਮੋ ਪੀਰ ਗੌਸ ਪਾਕ ਫਰਮਾਉਂਦੇ ਨੇ ਅੰਮਾ ਜਿਸ ਮੁਸਤਫਾ ਦਾ ਮਿਲਾ ਦੇ ਉਸ ਮੁਸਤਫਾ ਨੇ ਫਰਮਾਇਆ ਏ ਪਹਿਲੇ ਮਾਈ ਦੇ ਘਰ ਜਾ ਕੇ ਰਾਜ਼ੀ ਕਰਕੇ ਆ ਕਿਉਂਕਿ ਵਾਲਾ ਤਤਰੂ ਦਿਲਦੀਨਾ ਰੱਬ ਮੈਨੂੰ ਹੁਕਮ ਦਿੱਤਾ ਸੁਣਿਆ ਅਮੀਰ ਕਲਮਾ ਪੜਨ ਜਾਂ ਨਾ ਪੜਨ ਤੇਰੇ ਦੀਨ ਤੇ ਆਵਣ ਜਾਂ ਨਾ ਆਵਣ ਸੋਹਣਿਆ ਗਰੀਬਾਂ ਨੂੰ ਨਾ ਛੱਡੀ ਕੱਲ ਮਾਲ ਦੇਣਾ ਏ ਤੇਰੇ ਪਿੱਛੇ ਗਰੀਬਾਂ ਦੇਣਾ ਏ ਜਾਨ ਦੇਣੀ ਏ ਤੇਰੇ ਪਿੱਛੇ ਗਰੀਬਾਂ ਦੇਣੀ ਏ ਕੱਲ ਮਾਲ ਤਨ ਮਨ ਧਨ ਸਭ ਕੁਝ ਗੁਰਬਾਨ ਕਰ ਦੇਣਾ ਏ ਇਹਨਾਂ ਗਰੀਬਾਂ ਸੋਹਣਿਆ ਕਰ ਦੇਣਾ ਇਹਨਾਂ ਗਰੀਬਾਂ ਤੇਰੇ ਤੋਂ ਮਾਲ ਕੁਰਬਾਨ ਕਰਨਾ ਫੱਤਾ ਵੀ ਉਹ ਨਹੀਂ ਯੋਹ ਬੇ ਬਕੋ ਮੁੱਲਾ ਜਿੰਨਾ ਹਜ਼ੂਰ ਨਾਲ ਪਿਆਰ ਕੀਤਾ ਲਾਇਓ ਮੈਨੂੰ ਅਹਦ ਕੁਮ ਹੱਤਾ ਕੂਨਾ ਹੱਬਾ ਹੀ ਲਈ ਮਿੰਬਲ ਦੇ ਹੀ ਵਵਾਲ ਦੇ ਹੀ ਬੰਨਾ ਸਜਮੈਨ ਹਜ਼ੂਰ ਫਰਮਾਨ ਪਿਆਰ ਕਰਤਾ ਸਹੀ ਕੁੱਲ ਕੈਨਾਤ ਨਾਲੋਂ ਵੱਧ ਕੇ ਵਫਾ ਆਮਨਾ ਦੇ ਲਾਲ ਦੀ ਵੇਖੀ ਬੇਸ਼ੱਕ ਮੁਹੱਦਸ ਆਜ਼ਮ ਅਬਦੁਲ ਹੱਕ ਸ਼ਾਹ ਮੁਹੱਦ ਅਬਦੁਲ ਹੱਕ ਮੁਹੱਦਸ ਦਿਲਵੀ ਰਹਿਮਤੁਲਾਹ ਤਾਲਾ ਲਈ ਆਪ ਹਜ਼ੂਰ ਨਾਲ ਪਿਆਰ ਇੰਦਾ ਕਰਦੇ ਆਣ ਆਪ ਕਬਰ ਤੇ ਬੈਠੇ ਹਜ਼ੂਰ ਦੀ ਕਬਰ ਅਨਵਰ ਤੇ ਬੈਠੇ ਆਪ ਦਾ ਮਾਮੂਲਾ ਤਰੀਕਾ ਕਬਰ ਤੇ ਬੈਠਿਆ ਰਹਿਣਾ ਸੋਹਣੇ ਤੇ ਦਰੂਦ ਪੜਦਿਆਂ ਰਹਿਣਾ ਇੱਕ ਦਿਨ ਅੱਖ ਲੱਗੀ ਨਾ ਅੱਖ ਲੱਗੀ ਤੇ ਮਦੀਨੇ ਵਾਲੇ ਦੀ ਜ਼ਿਆਰਤ ਹੋਈ ਹਜ਼ੂਰ ਫਰਮਾਨਨ ਅਬਦੁਲ ਹੱਕ ਲੱਭਈ ਕਾ ਯਾ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਹਜ਼ੂਰ ਫਰਮਾਨਨ ਜਾ ਦੇਲ ਵਿੱਚ ਟੁਰ ਜਾ ਉੱਥੇ ਜਾ ਕੇ ਮੇਰੇ ਦੀਨ ਦੀ ਤਬਲੀਗ ਕਰ ਤੇ ਸ਼ਾਹ ਅਬਦੁਲ ਹੱਕ ਮੁਹੱਦਸ ਦਿਲਵੀ ਰਹਿਮਤੁਲਾਹ ਤਾਲਾ ਅਲੈਹਿ ਆਪ ਅਰਜ਼ ਕਰਦੇ ਨੇ ਹਜ਼ੂਰ ਸੁਣਿਆ ਲਜਪਾਲ ਸੁਣਿਆ ਮਨ ਠਾਰ ਸੁਣਿਆ ਉਹ ਸੁਣੇ ਮਨ ਠਾਰ ਆਕਾ ਵਦੁਹਾ ਦੇ ਚਿਹਰੇ ਵਾਲਿਆ ਇੱਥੋਂ ਉੱਠ ਕੇ ਤੇਰੀ ਕਬਰੇ ਅਨਵਰ ਤੋਂ ਉੱਠ ਕੇ ਉੱਥੇ ਵੁਜ਼ੂ ਕਰਨ ਜਾਣਾ ਵਾ ਇਹ ਵਿਛੋੜਾ ਕਬਰ ਦਾ ਬਰਦਾਸ਼ਤ ਨਹੀਂ ਹੁੰਦਾ ਤੇਰੀ ਕਬਰੇ ਅਨਵਰ ਕਿੱਥੇ ਮਦੀਨਾ ਕਿੱਥੇ ਦੇਲ ਕਿੱਥੇ ਸੁਣਿਆ ਇਹ ਵਿਛੋੜਾ ਕਿਵੇਂ ਬਰਦਾਸ਼ਤ ਹੋਵੇਗਾ ਹਜ਼ੂਰ ਨੇ ਫਰਮਾਇਆ ਉੱਥੇ ਜਾ ਕੇ ਮੇਰੇ ਦੀਨ ਦੀ ਤਬਲੀਗ ਕਰਨਾ ਤੇਰਾ ਕੰਮ ਏ ਹਰ ਰਾਤ ਨੂੰ ਤੇਰੀ ਖਾਬ ਚਾਉਣਾ ਮੀਨਾ ਦੇ ਲਾਲ ਦਾ ਕੰਮ
ਉੱਥੇ ਜਾ ਕੇ ਮੇਰੇ ਦੀਨ ਦੀ ਤਬਲੀਗ ਕਰਨਾ ਤੇਰਾ ਕੰਮ ਹੈ। ਹਰ ਰਾਤ ਨੂੰ ਤੇਰੀ ਖਾਬ ਵਿੱਚ ਆਉਣਾ ਆਮੀਨਾ ਦੇ ਲਾਲ ਦਾ ਕੰਮ ਹੈ। ਹਜ਼ੂਰ ਅਲੈਹ ਸਲਾਤੁ ਵਸਲਾਮ ਦੇ ਗੁਲਾਮੋ, ਜਿੰਨਾ ਹਜ਼ੂਰ ਨਾਲ ਪਿਆਰ ਕੀਤਾ ਹੈ ਤੇ ਪਿਆਰ ਵੀ ਇੰਜ ਦਾ, ਜਿੰਨਾ ਹਜ਼ੂਰ ਨਾਲ ਪਿਆਰ ਕੀਤਾ ਉਹ ਦੁਨੀਆਂ ਉੱਤੇ ਜਨਤਾ ਵੰਡ ਕੇ ਗਏ ਨੇ, ਦੁਨੀਆਂ ਉੱਤੇ ਜਨਤਾ ਵੰਡ ਕੇ ਗਏ ਨੇ। ਬਖਤਿਆਰੇ ਕਾਕੀ ਰਹਿਮਤੁੱਲਾਹ ਤਾਲਾ ਲਈ, ਆਪ ਬਾਬਾ ਫਰੀਦ ਗੰਜ ਸ਼ਕਰ ਰਹਿਮਤੁੱਲਾਹ ਅਲੈਹ ਦੇ ਮੁਰਸ਼ਦ ਪਾਕ, ਆਪ ਨੇ ਫਰਮਾਇਆ ਜਾ ਫਰੀਦਾ ਬਾਜ਼ਾਰ ਵਿੱਚ ਟੁਰ ਜਾ, ਫਲਾਂ ਚੀਜ਼ ਲੈ ਕੇ ਆ। ਬਾਬਾ ਫਰੀਦ ਗੰਜੇ ਸ਼ਕਰ ਰਹਿਮਤੁੱਲਾਹ ਤਾਲਾ ਲਈ ਆਪ ਬਾਜ਼ਾਰ ਦੇ ਵਿੱਚ ਗਏ, ਬਾਜ਼ਾਰ ਦੇ ਵਿੱਚ ਚਲਾਣ ਹੋਇਆ, ਉਹ ਜਿਹੜਾ ਮੇਰੇ ਪੀਰ ਨੂੰ ਤਕਸੀ ਉਹਦੇ 'ਤੇ ਦੋਜ਼ਖ ਹਰਾਮ ਜੰਨਤ ਹਲਾਲ ਹੋ ਜਾ ਸੀ, ਇਹ ਐਲਾਨ ਹੋਇਆ। ਅਤੇ ਬਾਬਾ ਫਰੀਦ ਬਾਜ਼ਾਰ 'ਚੋਂ ਵਾਪਸ ਆਏ, ਜਦੋਂ ਵਾਪਸ ਆਏ ਨਾ ਤਾਂ ਆਉਂਦਿਆਂ ਪੀਰ ਪੁੱਛਿਆ ਬਖਤਿਆਰੇ ਕਾਕੀ ਰਹਿਮਤੁੱਲਾਹ ਤਾਲਾ ਲਈ, ਆਪ ਫਰਮਾਉਂਦੇ ਨੇ ਫਰੀਦਾ ਜੀ ਹਜ਼ੂਰ ਬਾਜ਼ਾਰ 'ਚ ਇੱਕ ਐਲਾਨ ਨਾ ਹੋਇਆ। ਹਜ਼ੂਰ ਹੋਇਆ ਕੀ ਐਲਾਨ ਆ, ਜਿਹੜਾ ਮੇਰੇ ਪੀਰ ਦੀ ਪਾਲਕੀਨ ਤੱਕ ਸੀ ਦੋਜ਼ਖ ਹਰਾਮ ਹੋ ਜਾ ਸੀ, ਮੁੜ ਫਰੀਦਾ ਤੱਕੀ ਹੀ ਸੋਹਣਿਆ ਕੋਈ ਨਹੀਂ ਤੱਕੀ, ਤੇ ਪੀਰ ਸਾਹਿਬ ਬੋਲ ਕੇ ਆਉਂਦੇ ਨੇ ਫਰੀਦਾ ਤੈਨੂੰ ਜੰਨਤ ਕੋਈ ਨਹੀਂ ਚਾਹੀਦੀ, ਤੇ ਬਾਬਾ ਫਰੀਦ ਬੋਲ ਕੇ ਆਉਂਦੇ ਨੇ ਹਜ਼ੂਰ ਜੇ ਤੁਹਾਨੂੰ ਤੱਕਿਆ ਜੰਨਤ ਨਹੀਂ ਲੱਭਦੀ ਮੈਨੂੰ ਜੰਨਤ ਦੀ ਲੋੜ ਹੀ ਕੋਈ ਨਹੀਂ, ਜੇ ਤੁਹਾਨੂੰ ਤੱਕਿਆ ਜੰਨਤ ਨਹੀਂ ਲੱਭਣੀ ਮੈਨੂੰ ਜੰਨਤ ਦੀ ਲੋੜ ਹੀ ਕੋਈ ਨਹੀਂ। ਪੀਰ ਰੱਬ ਦੀ ਬਾਰਗਾਹ ਵਿੱਚ ਦੁਆ ਕੀਤੀ ਮੌਲਾ ਇਸ ਮੈਨੂੰ ਛੱਡਿਆ ਤੂੰ ਇਹਨਾਂ ਛੱਡੀ, ਤੇ ਸੋਹਣੇ ਮਹਿਬੂਬ ਦੇ ਇਸ਼ਕ ਕਰਨ ਵਾਲਿਆਂ ਦਾ ਮੁੜ ਮੁੱਲ ਕੀ ਪਿਆ। ਬਖਤਿਆਰੇ ਕਾਕੀ ਰਹਿਮਤੁੱਲਾਹ ਤਾਲਾ ਫਰਮਾਉਂਦੇ ਨੇ ਜਾ ਫਰੀਦਾ ਉਹਨੂੰ ਤੂੰ ਨਹੀਂ ਤੱਕਿਆ ਮੈਨੂੰ ਤੱਕਿਆ, ਮੇਰੇ ਤੇ ਅਕੀਦਾ ਰੱਖਿਆ, ਜਾ ਜਿਹੜਾ ਸਾਰੀ ਉਮਰ ਤੇਰੇ ਬੂਹ ਵਿੱਚੋਂ ਲੱਗਦਾ ਰਹਾ ਸੀ ਅੱਲਾ ਉਹਦੇ ਤੇ ਦੋਜ਼ਖ ਦੀ ਬਾਹ ਆਰਾਮ ਕਰਦਾ ਰਹਾ। ਇਹ ਹਜ਼ੂਰ ਨਾਲ ਪਿਆਰ ਕਰਨ ਵਾਲਿਆਂ ਦੀ ਵੰਡ ਏ, ਇਹ ਹਜ਼ੂਰ ਨਾਲ ਇਸ਼ਕ ਕਰਨ ਵਾਲਿਆਂ ਦੀ ਵੰਡ ਏ। ਤੇ ਜਿੰਨਾ ਹਜ਼ੂਰ ਨਾਲ ਪਿਆਰ ਪਾਇਆ, ਜਿੰਨਾ ਹਜ਼ੂਰ ਨਾਲ ਪਿਆਰ ਪਾਇਆ, ਸੁਲੇਮਾਨ ਫਾਰਸੀ ਰਜ਼ੀ ਅੱਲਾਹ ਤਾਲਾ ਨੂੰ ਹਜ਼ੂਰ ਅਲੈਹ ਸਲਾਤੁ ਵਸਲਾਮ ਦੀ ਆਮਦ ਆਮਨ ਤੋਂ ਪਹਿਲਾਂ ਮਦੀਨਾ ਸ਼ਰੀਫ ਦੇ ਇੱਕ ਬਾਗ ਦੇ ਅੰਦਰ ਨੌਕਰ ਦੀ ਹਸੀਅਤ ਤੇ ਮਾਲੀ ਦੀ ਹਸੀਅਤ ਤੇ ਕੰਮ ਕਰਦੇ ਨੇ ਆਪ ਦੇ ਬਾਬਾ ਜਾਨ। ਆਪ ਨੂੰ ਫਰਮਾਉਂਦੇ ਗਏ ਨੇ ਬੇਲੀਆ ਜਦੋਂ ਮਦੀਨੇ ਦੇ ਵਿੱਚ ਮਦੀਨੇ ਦੀਆਂ ਔਰਤਾਂ ਮਦੀਨੇ ਦੇ ਮਰਦ ਛੱਤਾਂ ਉੱਤੇ ਚੜ ਕੇ ਸੋਨੇ ਦਾ ਐਲਾਨ ਕਰਨਗੇ, ਬੇਲੀਆ ਜਾਮੀ ਜਾ ਕੇ ਸਲਾਮ ਵੀ ਅਰਜ਼ ਕਰੀ, ਕਲਮਾ ਵੀ ਮੁਸਤਫਾ ਦਾ ਪੜੀ, ਕਲਮਾ ਮੁਸਤਫਾ ਦਾ ਪੜ ਕੇ ਨਬੀ ਦੇ ਦੀਨ ਤੇ ਆ ਜਾਵੀਂ, ਪਹਿਲੀ ਸ਼ਰਤ ਏਈ ਸੋਹਣਾ ਮੁਸਤਫਾ ਸਦਕਾ ਨਹੀਂ ਖਾਂਦੇ ਹੋਣਗੇ, ਦੂਜੀ ਏਈ ਹਜ਼ੂਰ ਦੀ ਕੰਡ ਮਗਰ ਮੋਹਰੇ ਨਬੂਵਤ ਦਾ ਨਿਸ਼ਾਨ ਹੋਵੇਗਾ। ਨਬੀ ਕਰੀਮ ਅਲੈਹ ਸਲਾਤੁ ਵਸਲਾਮ ਦੇ ਗੁਲਾਮੋ ਬੜਾ ਤਵੱਜੋ ਦਾ ਮੁੰਤਜ਼ਿਰਾਂ, ਸਜਣਾ ਮੇਰੇ ਅਲ ਗੌਰ ਕਰ ਜਦੋਂ ਸੁਲੇਮਾਨ ਫਾਰਸੀ ਖਜੂਰ ਦੇ ਉੱਤੇ ਚੜ ਕੇ ਖਜੂਰਾਂ ਤੋੜਦੇ ਪੈ ਨੇ, ਇੰਨੀ ਦੇਰ ਨੂੰ ਮਦੀਨੇ ਦੀਆਂ ਔਰਤਾਂ ਮਦੀਨੇ ਦੇ ਮਰਦ ਛੱਤ ਉੱਤੇ ਚੜ ਕੇ ਇਹ ਇਸਤਕਬਾਲ ਕਰਦੇ ਪਏ ਨੇ ਆ ਗਿਆ ਸੋਹਣਾ ਕਮਲੀ ਦੀ ਜੁਮੇ ਮਾਰ ਕੇ ਆ ਗਿਆ ਸੋਹਣਾ। ਆ ਗਿਆ ਸੋਹਣਾ ਕਮਲੀ ਦੀ ਜੁਮ ਮਾਰ ਕੇ ਜਿਹਦੀਆਂ ਰਾਵਾਂ ਬੜੇ ਵੇਖਦੇ ਰਹਿ ਗਏ। ਮੈਂ ਵੀ ਸਕੂਨ ਨਾ ਪੜ ਲੈਣਾ ਤੁਹਾਡੇ ਕੋਲ ਜੋ ਨਹੀਂ ਬੋਲੀਂਦਾ ਤੇ ਮੈਨੂੰ ਐਡਾ ਢਿੱਲ ਲਾਉਣ ਦੀ ਲੋੜ ਵੀ ਕਿਹੜੀ, ਗੱਲ ਹੀ ਹਜ਼ੂਰ ਦਾ ਜ਼ਿਕਰ ਹੀ ਕਰਨਾ। ਮਾਸ਼ਾਅੱਲਾ ਇਹ ਮੈਨੂੰ ਗੱਲ ਬੁਰੀ ਲੱਗਦੀ ਜਿਹੜਾ ਬਾਰ ਬਾਰ ਅਗਲੇ ਨੂੰ ਮੁਖਾਤਬ ਕਰਕੇ ਆਖਣਾ ਇੱਕ ਤੇ ਤੁਹਾਡੇ ਤੇ ਬੜਾ ਪਤਾ ਨਹੀਂ ਕੀ ਸਮਝੇ, ਤੁਸੀਂ ਸਿਰੋਂ ਨੰਗੇ ਸਾਰੇ ਬੈਠੇ ਹੋ, ਹਜ਼ੂਰ ਦੇ ਜ਼ਿਕਰ 'ਚ ਵੀ ਆਏ ਹੋ, ਸਾਰੇ ਵੇਖ ਲਓ ਆਪਣੇ ਆਪ ਨੂੰ ਚਾਤੀਆਂ ਮਾਰ ਕੇ ਵੇਖ ਲਓ, ਬਸ ਤੁਸੀਂ ਸਿਰੋਂ ਨੰਗੇ ਬੈਠੇ ਹੋ। ਠੀਕ ਹੈ, ਇੱਕ ਤੁਸੀਂ ਇੰਝ ਮਾੜੀ ਜੀ ਜ਼ਬਾਨ ਲਾਣੀ ਸੁਬਹਾਨ ਅੱਲਾ, ਅਤੇ ਇਹ ਆਖਣਾ ਮਾਲਕਾ ਤੂੰ ਪਾ ਕੇ, ਅਤੇ ਉਹ ਐਡਾ ਗਫੂਰ ਰਹੀਮ ਹੈ ਜਿਹੜਾ ਉਹਨਾਂ ਦਾ ਮਾਲਕ ਉਹਨੂੰ ਪਾ ਕਰ ਛੱਡਦਾ, ਅਤੇ ਮੈਂ ਤੁਹਾਡੇ ਤੋਂ ਵੀ ਸੁਬਹਾਨ ਅੱਲਾ। ਬਸ ਜਿਹੜਾ ਕਮ ਸੇ ਕਮ ਹਜ਼ੂਰ ਦਾ ਜ਼ਿਕਰ ਮੇਰੇ ਗੱਲ ਨਾ ਹਜ਼ੂਰ ਦਾ ਜ਼ਿਕਰ ਸੁਣ ਕੇ ਜਿਹੜਾ ਬੰਦਾ ਸੁਬਹਾਨ ਅੱਲਾ ਕਰਦਾ ਅਤੇ ਮਾਲਕ ਸੋਹਣਾ ਉਹਦੇ 'ਤੇ ਰਾਜ਼ੀ ਹੋ ਜਾਂਦਾ। ਮੈਂ ਤਾਂ ਇਹ ਕਰਾਂਦਾ ਇਸ ਤੋਂ ਅਗਾਂ, ਮੈਂ ਹੁਣ ਇਹ ਤੁਹਾਨੂੰ ਕੋਈ ਨਹੀਂ ਆਖਣਾ, ਪਰ ਤੁਸੀਂ ਇਹ ਕਰੋ ਅਤੇ ਇੱਕ ਗੱਲ ਹੈ ਬੈ ਗੋਡੇ ਜੀ ਨਚਾਏ ਨੇ ਇੱਕ ਵਾਰੀ ਥੱਲੇ ਕਰ ਲਓ, ਕਿਉਂਕਿ ਇਤੋਂ ਬਾਅਦ ਨਿਕਲਣੀ ਹੁੰਦੀ ਉਹ ਸੀਨੇ ਨਾਲ ਗੋਡਾ ਲੱਗਾ ਉਹ ਨਿਕਲਣ ਕਿੱਥੋਂ ਦਿੰਦਾ, ਇਹ ਕੋਈ ਥੱਲੇ ਗੋਡੇ ਕਰੋ ਅਤੇ ਸਾਰੇ ਜ਼ੋਰ ਨਾਲ ਬੋਲੋ ਸੁਬਹਾਨ ਅੱਲਾ।
हाँ गल हुई ना, पता तो लगे ना फैजान साहब बिल्कुल पहुंचने वाले उन्होंने पता लगे वा मैं तकरीर उत्थे किवें करनी है। अगले बल्ले बंदे ते दां दी इंज दी देंदे ने कि बंदे नूं होश नहीं रहिंदी वा अगली गल किवें करनी है। ये नबी करीम अलैहिस्सलातु वस्सलाम दे गुलामां दी निशानी है, जिथे बैठे होण दे गजदे वी रहण दे वजदे वी रहण दे। खालिद बिन वलीद वर्गे आंदे ने ओए पासे ते हो जाओ, खालिद बिन वलीद वर्गे उत्ते टिब्बे ते चढ़ के आंदे ने, ओ कोई पता लगता बिच बेली दूजे भी रले है, कोई ना पता लगता अपने केड़े ने, सारे नारा है तकबीर अल्लाह अकबर मारन वाले। खालिद बिन वलीद फरमांदे ने ओ सजनो अपने ते परायां दा ना खेड़ करना है ते नारा है रिसाल। जिन्ना इस नारे दा जवाब दिता पासे ते हो गए, जिन्ना तकबीर वाले आए पासे ते हो। बिल्कुल दरिया दी मन दे उत्ते रहण वाले मुश्ताक अहमद सुल्तानी साहब जिहड़े गुजरन वाले ना खतीब ने उन्होंने बुलाया गया, निठर उत्ते सारे वसदे ने, कुबेली निठर होवे ते उदारा कोई ना कौड़ कोई ना करे। उत्ते मुश्ताक सुल्तानी साहब झट बद आखो आखो सुबहान अल्लाह आखो सुबहान अल्लाह आखो सुबहान अल्लाह। वो एक बारी भी उन्हें बड़ी औखी होके कीती, दूजी बारा भी बड़ी औखी होके कीती, तीजी बारा वो मुतालल निठर आ ते लंबड़दार आ पिंड दा, वो उठ बैठा ते इंज करके हाथ रख के आंदा मौलवी जी तुहानू 5000 केस दा दित्ता जे सुबहान अल्लाह सही करनी है, जो कुछ करना है तुसे करना है, साथ तो कुछ नहीं हुंदा। ते खुदारा ये जिक्र पाकां दा है ते तुसां भी पाकी बयान ही करनी है। हजूर अलैहिस्सलातु वस्सलाम दे गुलामो सुलेमान फारसी हुण खजूर दे उत्ते ने, इशका क्या मार छाड़, अकल क्या बिल्कुल छाड़ ना मारी, भुज ना बची दा हड्डियां विच्चों, अकल क्या ना मारी, इशका क्या मार, अकल क्या बिल्कुल नहीं मारनी, ते जित किंदी हुंदी है इशक दी, जित हमेशा इश्क दी हुंदी है। इश्क करदा ए अपनी उमर जिदे कम ना उशावे खिदा ना गदावे खिदा, जिते चांदा झुका दे दया शक दसर ना ओ काबा ना कर बलावे। इश्क दे कम ही अवलड़े, इश्क करदे ही अपनी मर्जी दे काम में। सुलेमान फारसी रदी अल्लाह ताला ने जदों छाल मारी, छाल मार के खजूरां दे ढेर तो बुक चुकिया, बुक चुक के ते नबी करीम अलैहिस्सलातु वस्सलाम दी बारगाह हजूर दी बारगाह जाके अर्ज करदे ने सुनिया अस्सलामु अलैका या नबी अल्लाह। हजूर दी बारगाह सलाम अर्ज करदे ने, हजूर फरमांदे ने बेलिया खजूरां किस दियां लई फिरना है, अर्ज करदे ने सोने आए सदके दियां खजूरां ने, हजूर फरमांदे ने मैं सदका नहीं खांदा जा चला चला जा। सुलेमान फारसी भजदे भजदे बाग दे विच, बाग दे विचों मुड़ खजूरां पकड़ियां, मुड़ खजूरां हजूर दी बारगाह विच लै के आए, आ के अर्ज करदे ने सोनिया मैं तुहाडे जोगा तोहफा लै के आया वा। हजूर ने खुद भी तनावल फरमाइया, सुहाबा ने भी अता कीतिया, जदों खजूरां दित्तियां सुलेमान फारसी रदी अल्लाह ताला नो, आप हजूर दे पिछे पिछे आउण लग पए, पिछे पिछे आउण लग पए। सजना जे तुसी सुनदे पए हो ते असीं गल ते दाद देवोगे, क्योंकि तुहानू गल याद होनी है, आप दे वडेरियां दस्सिया सी कि हजूर दी इक वी निशानी होवेगी, हजूर दी कंड मगर मोहरे नबूवत होवेगी। जदों सुलेमान फारसी रदी अल्लाह ताला नो आप पिछे आउण लगे ने, हजूर फरमांदे ने सुलेमान लबैक या रसूलुल्लाह सल्लल्लाहु अलैहि वसल्लम, हजूर फरमांदे ने सुलेमान मेरी मोहर नबूवत देखनिया, मेरी मोहर नबूवत देखनी है, पिछा पिछा झुटदा जन्ना। जदों इन्नी गल कीती ना अर्ज करदा सोने इस गल च कोई शक नहीं, मैं मोहर नबूवत देखनी, हजूर फरमांदे ने ठीक है। हजूर ने अपनी कंड मुबारक तो कपड़ा चाया, सुलेमान फारसी मोहर नबूवत की जियारत भी की, बोसा भी लिया, हट के कदमा ते डिग के कलमा पढ़ के नबी दे दीन ते आ गए। जदों नबी दे दीन ते आए, नबी दे दीन ते आए, जो नबी दे दीन ते आए मुड़ जिंदे नाल प्यार होवे उंदे बाद जो गुजारा कोई नहीं हुंदा, जिंदे नाल प्यार होवे ना उंदे बाद जो गुजारा कोई नहीं हुंदा। एक कदम मदीने विच मुड़ भजदियां, दूजा कदम बाग दे विच
मुड़ बाग दे बैठे मुड़ मदीने ओ जेड़ा बाग दा मालिका काफिर ओसा किया ए केड़ा काम में ए गल मेनू बारा नौ खांदी क्योंकि ड्यूटी मेरी करना है नौकर मेरा है पानी उथो दा जाके भरना है। जो इन्नी गल की ना सुलेमान फारसी आजा मेरा वो ड्यूटो गुजारा कोई नहीं वह मेरा दलाल सोना ही बड़ा है मेरा कोई गुजारा नहीं मैं उत्थे जाना है। वो बाग दा मालिक बोल के आंदा है जी एड्डी प्यारी तजा सोने नू आखा तेरा आवे हिसाब करके तेरे पैसे देवे तेनू आजाद करा के लै जावे। जो इन्नी गल की सुलेमान फारसी नबी दी बारगाह छत बनन हजूर फरमाते परेशान क्यों होना है जाओ नाख जाके हिसाब करे मैं मुहम्मद होना पैसे दे के तेन लै आना वा। जो इन्नी गल की सुलेमान फारसी बजदे बजदे उस काफर कोल गैद जाके आंदन कार ही साहब मेरा सोना मुस्तफा आंदा पे ते तेरा हिसाब तू मेरा करके रख तेनू देवेगा सोना लै जाएगा। जो इन्नी गल की ना उस आख्या असि भी काफर हूं हिसाब इंज का करा दा तू भी याद रख सी। सुलेमान फारसियां फरमाते ने किवें दा उस आख्या दो किलियां किलियां दी खेलियां बना खेलियां बना के उत्ते गिटकां ला के मुड़ खजूरां वड्डियां होसन उत्ते फड़ लग सी मुड़ पक सी जदों पक जा सी मुड़ थले ला के ओ दियां ठेरियां बन सन ओ ठेरियां चुकियां जा सन मैं तेनू आजाद कर छड़ा। सुलेमान फारसी मुड़ मुस्तफा दी बारगाह जा गर्ज करदे ने सुने उस ते सौदा ही बड़ा लम्मा कर छड़िया खजूरां उग सन वड्डियां हो सन फल लग सी मुड़ पक सी मुड़ थले ला सी मुड़ उन्दियां ठेरियां दा तकसीम हो सन वो विक सन ते मुड़ मेरा दूजा की सदे ने मेरा हिसाब मुकम्मल हो सी। हजूर फरमांदे ने खेलियां बनाना तेरा काम है गिटकां लाना जहरा दे बाबे दा काम है जाके खेलियां बना। सुलेमान फारसी खेलियां बनाइया हजूर आ गया हजूर अलैहि सलातो सलाम ने गिटका लगाइया किड़े हाथों युदुल्लाउ फौकाई दी हिम जेडे हाथ नू रब अपना हाथ आखिया हजूर ने उस हाथ दे नाल गिटका लगाइया जो गुठनियां दबिया ना उन्हां बनिया दे उत्ते ते जो हजूर जा रहा है तो उस काफर जेड़ा मालक आ ना बाग दा हुंदे नाल हुंदा बेली भी खड़ा वह भी बेईमान आ उस आखिया सौदा कीता ही मांगा जेड़ा गिटकां ला गया दमिन खजूरां वड्डियां भी होनियां नहीं फल भी लगा होने ते पक्का भी होना है उस आख्या सी काफर उन्ने इंज नहीं रहन देना। हजूर इंज पासा परतिया हजूर मदीना शरीफ वल गए उस पिछों खजूरां दियां गुठलियां कढ लईयां गिटकां विचों कढ लईयां। सुलेमान फारसी रदी अल्लाह ताला रोंदे रोंदे राती सुते सवेरे गए हजूर दी बारगाह दे विच हजूर फरमांदे सुलेमान जा जाके वेख सुलेमान फारसी बाग दे विच आए आके वेंदे की ने खजूरां वड्डियां होईयां कलियां फल भी लगा है ते पक्का भी होया है फल भी लगा तो पक्का भी होया है। सुलेमान फारसी जाके अर्ज करदे सोने खजूरां ते जवान हो गईयां फल भी लगा है पक्का भी है। हजूर फरमांदे जाके उत्तों खजूर ला मैं तोड़ बाग चौंदा पिया वा हजूर मदीना शरीफ जो चले तो बाग चा गए जो बाग दे विच आए ना हजूर फरमांदे सुलेमान एक खजूर लैके आवे ना ते अपने बाग दे मालक नूं दे जो बाग दे मालिक नूं दित्ती ना ते मालिक मुंह उत्ते खजूर रखी हजूर फरमांदे इंदा जायका ठीक है अर्ज करदा सोनिया ठीक है इहदा रंग ठीक है अर्ज करदा सोनिया ठीक है इहदा कलर ठीक है अर्ज करदा सोनिया ठीक है हजूर फरमांदे इंदा साइज ठीक है अर्ज करदा सोनिया ठीक है मोड़ मर बला के उच्ची आवाज नलांदा है सुनिया इन दे विच गिटा की कोई नहीं हजूर फरमांदे बेईमाना कट जु लिया नहीं ए कियामत तक बगैर गिटकां तो खजूरां होंदियां रहन बेईमाना कट जु लिया नहीं ए बगैर गिटकां तो खजूरां होंदियां रहन दियां। ओ हजूर नाल एक बारी प्यार ते पा बेलिया फत्ता भी ऊ नहीं युहबिब को मुल्ला इतबा ते मुस्तफा दी कर मुड़ रंग वेखी सियाल दे टिब्बे ते बैठा होवे तां जे मेहर अली दे कोल बैठा होवे तां जां पीर पठान दे टिब्बे उत्ते बैठा होवे तां अब्दुल्ला शाह गाजी दी बारगाह विच बैठा होवे तां एक वारी अपड़ना तेरा काम है ओ ते आमिना दा लाल है नबी दे गुलाम तेनू रंग ला छड्डणगे। ये शान है खिदमतगारों की सरकार का आलम क्या होगा बेलिया ये ते शान मुस्तफा करीम सल्लल्लाहु अलैहि वसल्लम दी बराउल बराए आला शान है। शबीर साहब जुवेर साहब सफदर साहब
ठीक है सवेरे ग्लूकोज की बोतल लवा छे ठीक हो गया हिसाब एक जिन खैर आई यार बार इम्तिहान तो समझ थे लैना होंगे अल्लाह हो अल्लाह हो ठीक है बेली आज कोई शय नहीं आई आज कोई शय नहीं आई नारा तकबीर नारा तकबीर जेड़े इतने रोटी खाते पे लामा साहब उन्होंने पता लग जाए नारा तकबीर नारा रिसालत नारा हैदरी सैयदी मुर्शदी हौली बोलो सैयदी मुर्शदी होर हौली बोलो सैयदी मुर्शदी गुलाम है गुलाम ये रसूल में जो हो न इश्क़ मुस्तफा हजूर नाल प्यार कीता होवे फत्ता भी उनी युहबिब कुमुल्ला हजूर दी तबाह कीती होवे जदो इतबाह कीती होवे तो मुड़ सजना भूखा कोई नहीं रांदियां मुड़ा भी जान चंगा हो जाता है अगला जान भी चंगा हो जाता है नबी करीम अलैहिस्सलाम दे गुलामों जंगे होते वे एक सहाबी रसूल शहीद हो गया जो शहीद होया हजूर फरमाते जाओ यदि मां नूं बुला के लियाओ हजूर दे यार गए हजूर दे सहाबा गए उसकी वालदा माजदा नूं बुलाण ते जाके आंदे अम्मा तेरा पुत्र शहीद हो गया है मुस्तफा नाल प्यार करन वाले दी गल दसदा पिया अम्मा तेरा पुत्र शहीद हो गया है अम्मा अपनी धी नूं आंदी है जा अंदरों चादर लैके आ जदों अम्मा आके ना अपनी धी नूं चादर लैके आ चादर लैके आई ते अम्मा चादर ले लई उत्ते मुड़ साइडां तों वखियां वेंदी पई अम्मा अम्मा दी वेख का मेरे जिसम दे कपड़े ते नहीं नजर आउंदे पए जदों इन्नी गल कीती ते नबी करीम अलैहिस्सलातु वस्सलाम दे गुलामों सहाबा बोले बोल कहंदे अम्मा तेरा पुत्र शहीद हो गया है तू उत्ते चादर जटांदी बदनी है ते मां बोल के आखिया पुत्र शहीद होया नबी दी शरीयत ते जिंदा है ना लखा पुत्र नबी दे दीन तो कुर्बान नबी दी शरीयत ते जिंदा है ना सजनो मुस्तफा नाल प्यार कीता होवे ते मुड़ पुत्र एक अद्दे कुर्बान करन लग्या बाहर कोई नहीं हुंदा जे सुन नाल प्यार होवे ते जे प्यार ही ना होवे इत्थे मैं भी नारा गुलामी ए रसूल में मौत भी कबूल है जे वारी आ जावे ते कोई नहीं साथ तो निकली हुंदा साडी एक मज भी त्रै दे त्रै घंटे नहीं खलो सकदी नबी दे दीन विच असां केड़ी अगली बहादुरी करनी है हजूर दे गुलामो हजूर नाल प्यार इंज दा करो कि जदों प्यार करिए इत्थे बह के प्यार करिए इत्थे ने नबी दे असी गुलाम आ प्यार करने आ जिन्ना प्यार कीता है बाबे खादम रिजवी वर्गे हो जांदे ने ओ बैठा बेशक लाहौर च होवे बैठा कुर्सी ते होवे चर्चे हुंदे पूरे दुनिया ते हुंदे पैने अंग्रेज डर के बह गए कम के बह गए बाबा बैठा कुर्सी ते है दुनिया लाई बैठा पर इशक होवे ना इशक आ कोठड़ी खाली होवे ते बेशक पंजी बंदूकां वाले भी नाल होण उनका केड़ा है वो जो आप डरदे रहना है या कोठड़ी में जिसके मुस्तफा दी शम्मा रोशन होवे मुड़ सजना कोई डर नहीं हुंदा मुड़ अली असगर भी देना पौंदा है अली अकबर भी देना पौंदा है जे दिल में जिसके मुस्तफा होवे दे हजूर अलैहि सलातो सलाम दे गुलामों नबी दे नाल मुस्तफा दे नाल जेड़ा प्यार करदा है प्यार करे सही मुड़ गुजरन वाले दे विचों गड्डी टुर पवे ना प्यार करन वाले दी ते मियां वाली जेल दे विच मियां वाली दे विच 10 सालां तो एक मजदूब रहण वाला कदी भी नहीं बोलिया किसे वट्टा मारिया नहीं गल कीती किसे गाल कड्डी है नहीं गल कीती दो दे टुक्कर खादा नहीं गल कीती पानी नहीं पीता नहीं गल कीती उस दिन मियां वाली दियां गलियां विच उच्ची उच्ची आवाज ला के आंदा है ओ सजनो मैं जांदा पिया है मियां वाली जेल दे विच एक आशिक रसूल आंदा पिया है ओ दी ज़ियारत तो महरूम ना रवे आजे उस आशिक रसूल दी सारे ज़ियारत करन जा रहे मियां वाली जेल दे विचों गड्डी चली है मैं ते ना कोई व्हाट्सएप ना कोई मैसेंजर ना कोई फेसबुक ना ही कोई इंदा टेलीफोन कोई ना उस बाबे अल टुर गया होवे वे इल्मो दीन दी गड्डी टुर पई है तू ओथे ऐलान कर छड़ ना सजना ना जिन्ना हजूर नाल प्यार कीता है ओ बेशक बैठे मियां वाली विच ने गड्डियां लाहौर दियां भी जानदे ने गड्डियां गुजराले दियां भी जानदे ओथे उच्ची उच्ची आवाज नाल जदों उच्ची उच्ची आवाज
जो इल्मुद्दीन मियां वाली जेल दे विच पहुंचे ना तो लोग ग्रोह दर ग्रोह आए टोलियां दियां टोलियां ग्रुप बन के आए त्या के इल्मुद्दीन की ज़ियारत की। एक दिन पीर सियाल लजपाल गल इश्क दी गल मुहब्बत दी पीर सियाल लजपाल मियां वाली जेल दे विच गए ते जाके फरमांदे ने इल्मुद्दीन तू कैदी है तेन सूरह यूसुफ ना सुनावा तू कैदी है तेन सूरह यूसुफ ना सुनावा। इल्मुद्दीन अर्ज कर नारा तकबीर नारा रिसालत नारा हैदरी सैयदी मुर्शदी सैयदी मुर्शदी सैयदी मुर्शदी सैयदी मुर्शदी। भाई साहब अब आप तशरीफ रखो शुक्र है सारे ही आ गए ठीक हो गए माशाल्लाह सारे भाई तशरीफ रखो स्टेज की जीनत खतीबे पाकिस्तान मुकर्रर शरीफियान आलमे नुक्तादान हजरत आलामा मौलाना कारी फैजानुल हसन कादरी साहेब स्टेज की जीनत बने दिल दियां था गराइया तो अहलम बसाहलम मरहबा खुश आमदीद नारा तकबीर नारा रिसालत हौली बोलो नारा रिसालत ओ पिछले बिल्कुल ना बोलो नारा रिसालत बिल्कुल लौड़ी नारा रिसालत नाराय हैदरी पीर सियाल लजपाल मियां वाली जेल दे विच इल्मुद्दीन नूं फरमांदे ने इल्मुद्दीन तू कैदी तेन सूरह यूसुफ ना सुना जदों इन्नी गल कीती ते इल्मुद्दीन फरमांदे ने पीर जी सुना छड्डो जदों इन्नी गल होई ते पीर सियाल लजपाल सूरह यूसुफ पढ़नी शुरू कर दिती इल्मुद्दीन गलतियां कढ़नियां शुरू कर दी जो गलती कटी तो पीर सियाल आंदे ने इल्मुद्दीन मसीत च भी कोई ना गया स्कूले भी कोई ना वड़िया तो गलतियां पीर सियाल दियां कढ़ना जो इन्नी गल की कै पीर सियाल लजपाल ने पीर सियाल लजपाल फरमांदे ने तू मसीत च कुरान को नहीं पढ़िया तो गलतियां पीर सियाल दियां कढ़ना तो इल्मुद्दीन फरमांदे ने पीर जी तुस उस्ताद दे सामने फट्टी उत्ते कुरान रख के पढ़िया है मैं कुरान मुहम्मद अरबी दे सीने नाल लग के पढ़िया है। इश्क दी गल है जिन्ना इश्क दे काम कीते उन्होंने दे इश्क दे ते काम भी अवलड़े ना इश्क करदा ए अपनी उम्र जीद कमे ना उशावे खिदा ना गदावे खिदा जिते चांदा झुकाती दया शकी दसर ना काबा ना कर बला वेखदा इश्क करदा ए अपनी उमरी जीत कमी ना उशावे खिदा ना गदावे अल्लाह सोना तुहाडी मेरी हाजिरी अपनी बारगाह आलिए विच कबूल मंजूर अता फरमाए इंतजार दी घड़ियां बिल्कुल खत्म मेहंदी हसन भी कैंसल वसीम अकबर नूरी भी कैंसल मेहंदी बाद ही लगनी अच्छा अच्छा मैं कैंसल हो गए साडी नजर बई वह आए ने चलो उनकी सॉरी बाकी पीर सईद फैजल हसन शाह साहब उन्होंने तो इंशाल्लाह इन्होंने बाद दिखना तो उस तो बाद उन्होंने खिताब तो मैं देना इन भी सुन लवी है तो ठट तो बड़ा होंगे जरा सारे बोल लखा जेडे सुन आए नारा तकबीर नारा तकबीर नारा तकबीर नारा रिसालत नारा हैदरी ताजदारे खत्मे नबुवत ताजदारे खत्मे नबुवत ताजदारे खत्मे नबुवत सजना मार मार कैमरा वेख जिंदी ताजदारे खत्म
ختمِ نبوت تے نہیں ہاتھ اٹھتے پے اون دے ہاتھ کیڑے کام نے تاجدارِ ختمِ نبوت تاجدارِ ختمِ نبوت نعرہِ رسالت Thank you.